ਨਮਸਕਾਰ ਖਬਰਾਂ ਦੇ ਇਸ ਬਲੱਟਿਨ ਵਿੱਚ ਤੁਹਾਡਾ ਸਵਾਗਤ ਹੈ ਮੈਂ ਰਮਾ ਸ਼ੰਕਰ ਪਹਿਲਾ ਪੇਸ਼ ਨੇ ਚੌਂਵੀਆ ਖਬਰਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਹਿਮਾਚਲ ਪ੍ਰਦੇਸ਼ ਵਿੱਚ 11000 ਕਰੋੜ ਰੁਪਏ ਦੀ ਲਾਗਤ ਵਾਲੇ ਵਿਕਾਸ ਪ੍ਰੋਜੈਕਟਾਂ ਦੇ ਲਈ ਪੱਥਰ ਰੱਖਣਗੇ ਅਤੇ ਉਦਘਾਟਨ ਕਰਨਗੇ। ਮਨ ਕੀ ਬਾਤ ਪ੍ਰੋਗਰਾਮ ਵਿੱਚ ਪ੍ਰਧਾਨ ਮੰਤਰੀ ਨੇ ਕਿਹਾ ਕਿ ਸਾਰਿਆਂ ਦੀਆਂ ਕੋਸ਼ਿਸ਼ਾਂ ਸਦਕਾ ਕਰੋਨਾ ਮਹਾਮਾਰੀ ਨਾਲ ਲੜਿਆ ਜਾ ਸਕਿਆ ਹੈ। ਪੰਜਾਬ ਸਣੇ ਪੰਜ ਸੂਬਿਆਂ ਵਿੱਚ ਵਿਧਾਨ ਸਭਾ ਚੋਣਾਂ ਦੇ ਮੱਦੇ ਨਜ਼ਰ ਚੋਣ ਕਮਿਸ਼ਨ ਵੱਲੋਂ ਅੱਜ ਕੇਂਦਰੀ ਸੇਕ ਸਖਤਰ ਨਾਲ ਮੀਟਿੰਗ ਪੰਜਾਬ ਸਣੇ ਉੱਤਰੀ ਭਾਰਤ ਵਿੱਚ ਕੜਾਕੇ ਦੀ ਠੰਡ ਦੇ ਨਾਲ-ਨਾਲ ਸੰਘਣੀ ਧੁੰਦ ਛਾਈ ਤੇ ਹੁਣ ਖਬਰਾਂ ਵਿਸਤਾਰ ਨਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਹਿਮਾਚਲ ਪ੍ਰਦੇਸ਼ ਦੇ ਦੌਰੇ ਦੌਰਾਨ ਮੰਡੀ ਵਿੱਚ 11000 ਕਰੋੜ ਰੁਪਏ ਤੋਂ ਵੱਧ ਦੇ ਪਨ ਬਿਜਲੀ ਪ੍ਰੋਜੈਕਟਾਂ ਦਾ ਉਦਘਾਟਨ ਕਰਨਗੇ ਤੇ ਨੀਂਹ ਪੱਥਰ ਰੱਖਣਗੇ ਪ੍ਰਧਾਨ ਮੰਤਰੀ ਰੇਣੁਕਾ ਜੀ ਡੈਮ ਲੋਹਰੀ ਪਨ ਬਿਜਲੀ ਪ੍ਰੋਜੈਕਟ ਦੇ ਪਹਿਲੇ ਪੜਾਅ ਅਤੇ ਤੋਲਾ ਸਿੱਧ ਪਨ ਬਿਜਲੀ ਪ੍ਰੋਜੈਕਟ ਦਾ ਨੀਂਹ ਪੱਥਰ ਰੱਖਣਗੇ ਪ੍ਰਧਾਨ ਮੰਤਰੀ ਵੱਲੋਂ ਸਾਵਰਾ ਕੁਡੂ ਪਨ ਬਿਜਲੀ ਪ੍ਰੋਜੈਕਟ ਦਾ ਉਦਘਾਟਨ ਵੀ ਕੀਤਾ ਜਾਵੇਗਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹਿਮਾਚਲ ਪ੍ਰਦੇਸ਼ ਗਲੋਬਲ ਇਨਵੈਸਟਰ ਮੀਟ ਦੇ ਦੂਜੇ ਗਰਾਉਂਡ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਕਾਸ਼ਵਾਣੀ ਤੇ ਆਪਣੇ ਮਨ ਦੀ ਬਾਤ ਪ੍ਰੋਗਰਾਮ ਦੀ 84ਵੀਂ ਕੜੀ ਦੌਰਾਨ ਲੋਕਾਂ ਨਾਲ ਵਿਚਾਰ ਸਾਂਝੇ ਕੀਤੇ। ਉਹਨਾਂ ਕਿਹਾ ਕਿ ਪਿਛਲੇ 7 ਵਰਿਆਂ ਤੋਂ ਚੱਲ ਰਹੇ ਮਨ ਦੀ ਬਾਤ ਪ੍ਰੋਗਰਾਮ ਦੌਰਾਨ ਉਹ ਸਰਕਾਰ ਦੀਆਂ ਉਪਲਬਧੀਆਂ ਤੇ ਵੀ ਚਰਚਾ ਕਰ ਸਕਦੇ ਸਨ ਪਰ ਉਹਨਾਂ ਨੂੰ ਖੁਸ਼ੀ ਹੈ ਕਿ ਮਨ ਦੀ ਬਾਤ ਵਿੱਚ ਹਰ ਵਾਰ ਅਜਿਹੇ ਲੋਕਾਂ ਦੀ ਚਰਚਾ ਹੁੰਦੀ ਹੈ ਜਿਹੜੇ ਮੀਡੀਆ ਦੀ ਚਮਕ-ਦਮਕ ਤੋਂ ਦੂਰ ਨੇ ਤੇ ਦੇਸ਼ ਲਈ ਚੰਗਾ ਕੰਮ ਕਰ ਰਹੇ ਨੇ। ਇੱਕ ਰਿਪੋਰਟ ਕਿਹਾ ਕਿ ਸਾਰਿਆਂ ਦੀਆਂ ਕੋਸ਼ਿਸ਼ਾਂ ਸਦਕਾ ਹੀ ਕਰੋਨਾ ਦੀ ਇਸ ਵੱਡੀ ਮਹਾਮਾਰੀ ਨਾਲ ਲੜਿਆ ਜਾ ਸਕਿਆ ਹੈ। ये जनशक्ति की ही ताकत है सबका प्रयास है कि भारत सौ साल में आई सबसे बड़ी महामारी से लड़ सका हम हर मुश्किल समय में एक दूसरे के साथ एक परिवार की तरह खड़े रहे अपने मोहल्ले या शहर में किसी की मदद करना हो जिससे जो बना उससे ज्यादा करने की कोशिश की आज विश्व में वैक्सीनेशन के जो आंकड़े हैं उनकी तुलना भारत से करें तो लगता है कि देश ने कितना अभूतपूर्व काम किया है कितना बड़ा लक्ष्य हासिल किया है वैक्सीन की 140 करोड़ डोज के पड़ाव को पार करना प्रत्येक भारतवासी की अपनी उपलब्धि है प्रधानमंत्री मुताबिक कोरोना के नए वेरिएंट से साढ़े वैज्ञानिक वालों खोज की जा रही है की जो नया ओमिक्रॉन वेरिएंट आया है उसका अध्ययन हमारे वैज्ञानिक लगातार कर रहे हैं हर रोज नया डेटा उन्हें मिल रहा है उनके सुझावों पर काम हो रहा है ऐसे में स्वयं की सजगता स्वयं का अनुशासन कोरोना के इस वेरिएंट के खिलाफ देश की बहुत बड़ी शक्ति है हमारी सामूहिक शक्ति ही कोरोना को परास्त करेगी इसी दायित्व बोध के साथ हमें 2022 में प्रवेश करना है बीते दिन तमिलनाडु विखे हेलीकॉप्टर हादसे दौरान शहीद होने वाले ग्रुप कैप्टन वरुण सिंह की एक चिट्ठी चर्चा कर प्रधानमंत्री नरेंद्र मोदी ने कहा वरुण ने लिखा था कि अगर वो एक भी स्टूडेंट को प्रेरणा दे सके तो ये भी बहुत होगा लेकिन आज मैं कहना चाहूंगा उन्होंने पूरे देश को प्रेरित किया है उनका लेटर भले ही केवल स्टूडेंट से बात करता हो लेकिन उन्होंने हमारे पूरे समाज को संदेश दिया है प्रधानमंत्री मुताबिक इस्तेमाल करना हमें देश को विकास की नई ऊंचाई पर लेकर जाना है इसलिए हमें अपने हर संसाधन का पूरा इस्तेमाल करना होगा एक तरह से आत्मनिर्भर भारत का भी मंत्र है क्योंकि हम जब अपने संसाधनों का सही इस्तेमाल करेंगे उन्हें व्यर्थ नहीं होने देंगे तभी तो हम लोकल की ताकत पहचानेंगे प्रधानमंत्री ने आस प्रगटाई कि साढ़े सुपने सिर्फ साढ़े तक ही सीमित नहीं होंगे साढ़े सुपने अजे हो जिन्होंने साढ़े समाज और साढ़े देश का विकास जुड़िया होना कहा ਇਸ ਸੱਤ ਹਹੀਨਾਵਾਂ ਆਉਣ ਵਾਲੇ ਸਾਲ ਵਿੱਚ ਦੇਸ਼ ਅੱਗੇ ਵਧੇਗਾ ਅਤੇ 2022 ਤੱਕ ਇੱਕ ਨਵੇਂ ਭਾਰਤ ਦਾ ਨਿਰਮਾਣ ਦਾ ਸੁਨਹਿਰੀ ਸਫਾ ਬਣੇਗਾ ਇਸ ਬਰੋਸੇ ਨਾਲ ਪ੍ਰਧਾਨ ਮੰਤਰੀ ਨੇ ਸਾਰਿਆਂ ਨੂੰ ਨਵੇਂ ਸਾਲ ਦੀਆਂ ਸ਼ੁਭ ਕਾਮਨਾਵਾਂ ਦਿੱਤੀਆਂ ਬਿਊਰੋ ਰਿਪੋਰਟ ਦੂਰਦਰਸ਼ਨ ਸਮਾਚਾਰ ਦੇਸ਼ ਦੇ ਬਾਕੀ ਹਿੱਸਿਆਂ ਵਾਂਗ ਪੰਜਾਬ ਵਿੱਚ ਵੀ ਲੋਕਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਮਨ ਕੀ ਬਾਤ ਪ੍ਰੋਗਰਾਮ ਬੜੇ ਗੌਰ ਨਾਲ ਸੁਣਿਆ। ਜਲੰਧਰ ਵਿੱਚ ਵੱਖ-ਵੱਖ ਉਮਰ ਵਰਗ ਅਤੇ ਕਿੱਤੇ ਦੇ ਲੋਕਾਂ ਨੇ ਇਸ ਪ੍ਰੋਗਰਾਮ ਨੂੰ ਬੇਹਦ ਪ੍ਰੇਰਨਾਦਾਇਕ ਅਤੇ ਸਾਰੇ ਲੋਕਾਂ ਨੂੰ ਸੇਧ ਦੇਣ ਵਾਲਾ ਦੱਸਿਆ। ਦੂਰਦਰਸ਼ਨ ਸੰਵਾਦ ਦਾ ਤਾਂ 우ਸ਼ਾ ਪਵਾਰ ਨਾਲ ਗੱਲਬਾਤ ਦੌਰਾਨ ਉਹਨਾਂ ਕਿਹਾ ਕਿ ਮਨ ਕੀ ਬਾਤ ਪ੍ਰੋਗਰਾਮ ਵਿਦਿਆਰਥੀਆਂ, ਨੌਜਵਾਨਾਂ ਅਤੇ ਯੁਵਾ ਉਦਮੀਆਂ ਵਿੱਚ ਨਵੀਂ ਊਰਜਾ ਜਗਾਉਣ ਵਾਲਾ ਸਾਬਤ ਹੋਇਆ। ਸਟਾਰਟਅੱਪਸ ਦੱਸਿਆ ਉਹ ਬਹੁਤ ਇਨੋਵੇਟਿਵ ਸੀਗੇ ਜਿਹੜੇ ਸਾਡੇ ਨੇਸ਼ਨ ਦੇ ਲੋਗ ਆ ਯੂਥ ਹੈ ਉਹ ਕੁਝ ਕਰਦੀ ਪਈ ਹੈ ਤੇ ਇਵਨ ਮੈਂ ਵੀ ਆਪਣੀ ਕੰਪਨੀ ਚਲਾ ਰਿਆ ਮੈਂ ਹਲੇ 11 ਸਾਲ ਦਾ ਤੇ ਉਹਦੇ ਵਿੱਚ ਮੈਂ ਜਿਹੜੇ ਮੇਰੇ ਏਜਮੈਂਟਸ ਆ ਮੈਂ ਉਹਨਾਂ ਨੂੰ ਸਿਖਾਣਾ ਕੋਡਿੰਗ ਤੇ ਮੈਂ ਚਾਹਨਾ ਵੀ ਹੋਰ ਵੀ ਜਿਹੜੇ ਬੱਚੇ ਹੈਗੇ ਆ ਉਹ ਵੀ ਜਿੰਨਾ ਜਿਹੜੇ ਫੀਲਡ 'ਚ ਉਹਨਾਂ ਦੇ ਐਕਸਪਰਟਾਈਜ਼ ਹੈ ਉਹਨਾਂ ਦਾ ਇੰਟਰਸਟ ਹੈ ਤੇ ਉਸ ਦੇ ਵਿੱਚ ਆਪਣਾ ਸ਼ੁਰੂ ਕਰਨ ਕੁਝ ਸਭ ਤੋਂ ਵੱਡੀ ਗੱਲ ਇਹ ਹੈ ਜੀ ਜਿਹੜਾ ਕੰਮ ਉਹਨਾਂ ਨੇ ਜਿਹੜਾ ਸਫਾਈ ਵਾਲਾ ਕੰਮ ਜਿਹੜਾ ਚੱਲਦਾ ਪਿਆ ਹੈਗਾ ਉਹ ਬਹੁਤ ਚੰਗਾ ਹੈਗਾ ਦੂਜੇ ਜਿਹੜੇ ਹੈ ਜਿਹੜੀ ਥਾਂ ਗੰਦੀ ਹੈਗੀ ਉਹਨਾਂ ਨੂੰ ਸਾਫ਼ ਕਰਵਾ ਕੇ ਉੱਥੇ ਪਾਰਕਿੰਗ ਬਣਾ ਰਿਹਾ ਹੈ ਗਾਰਡਨ ਬਣਾ ਰਿਹਾ ਹੈ ਉਹ ਸਭ ਤੋਂ ਵਧੀਆ ਕੰਮ ਹੈ ਹਰ ਆਦਮੀ ਨੇ ਇਹ ਕੰਮ ਕਰਨਾ ਚਾਹੀਦਾ ਹੈਗਾ ਔਰ ਕਿਸੇ ਵੀ ਕੰਮ ਤੋਂ ਸਿੱਖਣ ਦੀ ਕੋਈ ਏਜ ਕੋਈ ਨਹੀਂ ਹੈਗੇ ਬੱਚਾ ਭਾਵੇਂ ਪੂਰਾ ਹੋਵੇ ਉਹਨਾਂ ਨੇ ਮੋਟੀਵੇਟ ਕੀਤਾ ਹੈ ਕਿ ਤੁਸੀਂ ਹਰ ਏਜ ਦੇ ਵਿੱਚ ਕੋਈ ਵੀ ਕੰਮ ਵਧੀਆ ਦੇਸ਼ ਵਾਸਤੇ ਕਰ ਸਕਦੇ ਹੋ ਤੁਸੀਂ ਉਹ ਕਰਿਓ ਨਾਲੇ ਜਿਹੜੇ ਐਗਜ਼ਾਮ ਬੱਚਿਆਂ ਦੇ ਹੁੰਦੇ ਆ ਉਦੋਂ ਪ੍ਰਧਾਨ ਮੰਤਰੀ ਜੀ ਕਹਿੰਦੇ ਆ ਮੈਂ ਗੱਲਾਂ ਕਰੂੰਗਾ ਆਪਣੇ ਆਪ ਦੇ ਸਟੂਡੈਂਟ ਨਾਲ ਉਹ ਬਹੁਤ ਹੀ ਵਧੀਆ ਗੱਲ ਹੈ ਬੱਚਾ ਨੂੰ ਬਹੁਤ ਅੱਛੀ ਮੋਟੀਵੇਟ ਮਿਲੇਗਾ ਸਭ ਤੋਂ ਚੰਗੀ ਗੱਲ ਲੱਗੀ ਜਿਹੜੇ ਅੱਜ ਉਹਨਾਂ ਨੇ ਦੱਸਿਆ ਕਿ ਵਿੰਗ ਕਮਾਂਡਰ ਵਰੁਣ ਜੀ ਜਿਹੜੇ ਸ਼ਹਾਦਤ ਉਹਨਾਂ ਲਈ ਪਿੱਛੇ ਤਾਮਿਲਆੜੂ ਵੀ ਜਿਹੜਾ ਹੋਇਆ ਉਹਨਾਂ ਦੀ ਜਿਹੜੀ ਲੈਟਰ ਉਹਨਾਂ ਨੇ ਦਿੱਤੀ ਆਪਣੇ ਆਰਮੀ ਸਕੂਲ ਚੰਡੀਮੰਦਰ ਨੂੰ ਕਿ ਮਡੀਓਕਰ ਬੀਇੰਗ ਮਡੀਓਕਰ ਕੋਈ ਇਹੋ ਜੀ ਗੱਲ ਨਹੀਂ ਹੈਗੀ ਠੀਕ ਹੈ ਉਹ ਜਿਹੜੇ ਬੱਚੇ ਆ ਉਹ ਗਲਤ ਡਿਸੀਜਨ ਲੈ ਲੈਂਦੇ ਕਈ ਬਾਰ ਉਹਦੇ ਨੰਬਰ ਘਟ ਜਾਂਦੇ ਆ ਕਿ ਤੁਹਾਡੇ ਅੰਦਰ ਕੋਈ ਵੀ ਹੋਰ ਟੈਲੈਂਟ ਹੋ ਸਕਦਾ ਸਕਿੱਲ ਹੋ ਸਕਦੀ ਹੈ ਯੂ ਕੈਨ ਬੀ ਗੁੱਡ ਇਨ ਲਿਟਰੇਚਰ ਯੂ ਕੈਨ ਬੀ ਗੁੱਡ ਇਨ ਗ੍ਰਾਫਿਕਸ ਯੂ ਕੈਨ ਬੀ ਗੁੱਡ ਇਨ ਐਨੀ ਐਨੀਥਿੰਗ ਤੇ ਤੁਸੀਂ ਆਪਣੇ ਆਪ ਨੂੰ ਉਹਦੇ ਵਿੱਚ ਐਕਸਲ ਕਰੋ ਸਭ ਤੋਂ ਜ਼ਿਆਦਾ ਅੱਛਾ ਲੱਗਿਆ ਕਿ ਜਿਹੜੇ ਯੂਥ ਸਟਾਰਟਅਪ ਕਰ ਰਹੇ ਨੇਗੇ ਦੂਸਰਾ ਜਿਹੜਾ ਸਫਾਈ ਅਭਿਆਨ ਹੈ ਉਹ ਸਭ ਤੋਂ ਜ਼ਰੂਰੀ ਹੈ ਕਿਉਂਕਿ ਸਾਡੇ ਵਿੱਚ ਸਾਡੀਆਂ ਨਦੀਆਂ ਸਾਰੀਆਂ ਗੰਦੀਆਂ ਹੋ ਰਹੀਆਂ ਨੇਗੀਆਂ ਉਹਦੇ ਕਰਕੇ ਜਿਹੜਾ ਟੂਰਿਸਟ ਹੈ ਉਹ ਘਟ ਰਿਹਾ ਇੰਡੀਆ 'ਚ ਉਹ ਮਨ ਕੀ ਬਾਤ ਜੇ ਪ੍ਰਧਾਨ ਮੰਤਰੀ ਜੀ ਦੀ ਸਭ ਤੋਂ ਅੱਛੀ ਬਾਤ ਸਵੱਛਤਾ ਔਰ ਸਾਫ਼ ਜਲ ਦੇ ਉੱਤੇ ਲੱਗੀ ਹੈ ਕਿ ਜਿਹੜੀ ਸਾਡੇ ਇੱਕ ਦੇਸ਼ ਦੀ ਇੱਕ ਜ਼ਰੂਰਤ ਵੀ ਹੈ ਤੇ ਦੂਸਰੀ ਉਹਨਾਂ ਨੇ ਇੱਕ ਦਾ ਕੱਲ ਦੱਸੀ ਹੈ ਕਿ ਕਿਸੇ ਵੀ ਕੰਮ ਨੇ ਕਰਨ ਲਈ ਸਾਡੇ ਲਈ ਇੱਕ ਜਜ਼ਬਾ ਔਰ ਜਨੂਨ ਹੋਣਾ ਚਾਹੀਦਾ ਜਿਹਦੇ ਵਿੱਚ ਕੋਈ ਏਜ ਫੈਕਟਰ ਨਹੀਂ ਹੈ ਪੰਜਾਬ ਸਣੇ ਪੰਜ ਸੂਬਿਆਂ ਵਿੱਚ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕੋਵਿਡ-19 ਦੀ ਤਾਜ਼ਾ ਸਥਿਤੀ ਬਾਰੇ ਜਾਣਕਾਰੀ ਹਾਸਲ ਕਰਨ ਲਈ ਚੋਣ ਕਮਿਸ਼ਨ ਵੱਲੋਂ ਅੱਜ ਕੇਂਦਰੀ ਸੇ ਸਕੱਤਰ ਰਜੇਸ਼ ਪੂਸ਼ਨ ਨਾਲ ਮੀਟਿੰਗ ਕੀਤੀ ਜਾਵੇਗੀ। ਇਸ ਮੀਟਿੰਗ ਵਿੱਚ ਚੋਣ ਕਮਿਸ਼ਨ ਕੋਵਿਡ-19 ਦੇ ਨਵੇਂ ਸਰੂਪ ਓਮਿਕਰੋਨ ਬਾਰੇ ਤਾਜ਼ਾ ਸਥਿਤੀ ਬਾਰੇ ਜਾਣਕਾਰੀ ਹਾਸਲ ਕਰੇਗਾ। ਕਮਿਸ਼ਨ ਸੇ ਸਕੱਤਰ ਤੋਂ ਚੋਣ ਪ੍ਰਕਿਰਿਆ ਦੌਰਾਨ ਕੋਵਿਡ ਪ੍ਰੋਟੋਕੋਲ ਬਿਹਤਰ ਕਰਨ ਬਾਰੇ ਸੁਝਾਅ ਵੀ ਲਵੇਗਾ। ਕੇਂਦਰੀ ਜਲ ਸ਼ਕਤੀ ਮੰਤਰੀ ਅਤੇ ਪੰਜਾਬ ਬੀਜੇਪੀ ਮਾਮਲਿਆਂ ਦੇ ਇੰਚਾਰਜ ਗਜੇਂਦਰ ਸਿੰਘ ਸ਼ਿਕਾਵਤ ਨੇ ਜਲੰਧਰ ਦੇ ਲਾਜਪਤ ਨਗਰ ਇਲਾਕੇ ਵਿੱਚ ਕੱਲ ਪਾਰਟੀ ਦੇ ਸੂਬਾ ਪਧਰੀ ਚੋਣ ਦਫ਼ਤਰ ਦਾ ਉਦਘਾਟਨ ਕੀਤਾ ਇੱਕ ਰਿਪੋਰਟ ਜਲੰਧਰ ਦੇ ਲਾਜਪਤ ਨਗਰ ਇਲਾਕੇ ਦੀ ਇਹ ਕੋਠੀ ਬੀਜੇਪੀ ਦਾ ਸੂਬਾ ਪਧਰੀ ਚੋਣ ਦਫ਼ਤਰ ਹੈ ਪੰਜਾਬ ਬੀਜੇਪੀ ਮਾਮਲਿਆਂ ਦੇ ਇੰਚਾਰਜ ਗਜੇਂਦਰ ਸਿੰਘ ਸ਼ਿਕਾਵਤ ਨੇ ਇਸ ਸੂਬਾ ਪਧਰੀ ਚੋਣ ਦਫ਼ਤਰ ਦਾ ਉਦਘਾਟਨ ਕੀਤਾ ਇਸ ਮੌਕੇ ਹਵਨ ਕੀਤਾ ਗਿਆ ਅਤੇ ਦੇਸ਼ ਪ੍ਰਦੇਸ਼ ਦੀ ਖੁਸ਼ਹਾਲੀ ਦੀ ਦੁਆ ਕੀਤੀ ਗਈ मगरों पत्रकार नवा इतिहास बनाएगी जिसकी शुरुआत हो गई है भारतीय जनता पार्टी पंजाब प्रदेश के सभी कार्यकर्ताओं के लिए आज का ये पवित्र दिन और भी महत्वपूर्ण हो जाता है क्या प्रदेश के चुनाव कार्यालय का केंद्रीय कार्यालय का उदघाटन केंद्रीय कार्यालय का प्रारंभ आज हुआ है भारतीय जनता पार्टी का कार्यकर्ता उत्साहित है पूरी ताकत के साथ लगा है लेकिन साथ ही साथ पंजाब की जनता का प्यार चाहे शहरों में या पिंड में सब जगह भारतीय जनता पार्टी के कार्यकर्ताओं को मिल रहा है हम नया इतिहास बनाने का श्री गणेश आज से यहाँ इस कार्यालय के माध्यम से कर चुके हैं और निश्चित रूप से मैं विश्वास से कह सकता हूँ कि अब की बार पंजाब में एक नया इतिहास बनाया जाए किसान वालों सियासी पार्टी बनाए जाने के मुद्दे उन्होंने कहा पंजाब की जनता ये जानती है देश की जनता भी कि जब किसान आंदोलन चल रहा था तब सभी लोगों ने बार बार इस बात का किसान आंदोलन में हिस्सा लेने वाले नेताओं ने कहा था कि हम राजनीतिक पार्टी नहीं है हमारा राजनीतिक एजेंडा नहीं है हम राजनीतिक क्षेत्र में जाने वाले नहीं हैं एकाएक उन्होंने यू टर्न किया है मुझे लगता है कि उसका फायदा और नुकसान का आकलन उनको करना चाहिए बीजेपी ਦੇ ਸੁਭਾ ਪ੍ਰਧਾਨ ਅਸ਼ਮੀਰ ਸ਼ਰਮਾ ਨੇ ਕਿਹਾ ਕਿ ਸੂਬੇ ਦੇ ਲੋਕ ਸਿਆਸੀ ਬਦਲ ਦੀ ਤਲਾਸ਼ ਵਿੱਚ ਨੇ ਅਤੇ ਬੀਜੇਪੀ ਟਿਕਾਊ ਤੇ ਮਜ਼ਬੂਤ ਸਰਕਾਰ ਦੇਣ ਦੀ ਉਹਨਾਂ ਦੀ ਆਸ ਪੂਰਾ ਕਰੇਗੀ। ਕਾਰਕਿਰਤਾ ਦੇ ਅੰਦਰ ਪੂਰੀ ਤਰ੍ਹਾਂ ਨਾਲ ਜੋਸ਼ ਹੈ। ਪੰਜਾਬ ਇੱਕ ਵਿਕਲਪ ਦੀ ਤਲਾਸ਼ ਚ ਹੈ ਅਤੇ ਭਾਰਤੀ ਜਨਤਾ ਪਾਰਟੀ ਟਿਕਾਊ, ਸਥਿਰ, ਮਜ਼ਬੂਤ ਸਰਕਾਰ ਦੇਣ ਲਈ ਕਟੀਬੱਧ ਹੈ। ਭਾਰਤੀ ਜਨਤਾ ਪਾਰਟੀ ਪੰਜਾਬ ਨੂੰ ਪੰਜਾਬੀ ਔਰ ਪੰਜਾਬ ਦੇ ਲੋਕੀ ਇਕ ਆਸ ਦੇ ਰੂਪ ਤੇ ਦੇਖ ਰਹੇ ਨੇ ਇਸ ਮੌਕੇ ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼ ਬੀਜੇਪੀ ਦੇ ਕੌਮੀ ਮੀਤ ਪ੍ਰਧਾਨ ਸੋਧਾਨ ਸਿੰਘ ਅਤੇ ਜ਼ਿਲ੍ਹਾ ਬੀਜੇਪੀ ਦੇ ਪ੍ਰਧਾਨ ਸੁਸ਼ੀਲ ਸ਼ਰਮਾ ਸਮੇਤ ਕਈ ਹੋਰ ਸੀਨੀਅਰ ਆਗੂ ਤੇ ਵਰਕਰ ਮੌਜੂਦ ਹਨ ਰਵਿੰਦਰਪਾਲ ਤੇ ਰਣਜੀਤ ਸਿੰਘ ਨਾਲ ਸ਼ਿਸ਼ੂ ਸ਼ਰਮਾ ਸ਼ਾਂਤਲ ਦੂਰਦਰਸ਼ਨ ਸਮਾਚਾਰ ਜਲੰਧਰ ਮਹਾਨ ਸ਼ਹੀਦ ਸਾਬਜਾਦੇ ਬਾਬਾ ਜ਼ਰਾਵਰ ਸਿੰਘ ਬਾਬਾ ਫਤਿਹ ਸਿੰਘ ਅਤੇ ਜਗਤ ਮਾਤਾ ਗੁਜਰਕੌਰ ਦੀ ਅਦੁੱਤੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਫਤਿਹਗੜ ਸਾਹਿਬ ਵਿਖੇ ਸਲਾਨਾ ਸ਼ਹੀਦੀ ਸਭਾ ਦੇ ਦੂਜੇ ਦਿਨ ਵੀ ਸੰਗਤਾਂ ਵੱਡੀ ਗਿਣਤੀ ਵਿੱਚ ਨਤਮਸਤਕ ਹੋਈਆਂ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸੰਗਤ ਦੀ ਰਿਹائش ਅਤੇ ਲੰਗਰ ਦੇ ਪ੍ਰਬੰਧ ਕੀਤੇ ਨੇ ਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਵੀ ਸੰਗਤ ਦੀ ਸਹੂਲਤ ਵਾਸਤੇ ਟ੍ਰੈਫਿਕ ਦੇ ਪੁਖਤਾ ਪ੍ਰਬੰਧ ਕੀਤੇ ਗਏ ਨੇ। ਸ਼ਹੀਦੀ ਸਭਾ ਦੇ ਦੂਜੇ ਦਿਨ ਸਿਆਸੀ ਪਾਰਟੀਆਂ ਦੇ ਪ੍ਰਮੁੱਖ ਆਗੂਆਂ ਵੱਲੋਂ ਫਤਿਹਗੜ ਸਾਹਿਬ ਦੇ ਮਹਾਨ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ। ਪੰਜਾਬ ਅਤੇ ਉੱਤਰੀ ਭਾਰਤ ਵਿੱਚ ਕੜਾਕੇ ਦੀ ਠੰਡ ਨੇ ਜ਼ੋਰ ਫੜ ਲਿਆ ਹੈ। ਬੀਤੇ ਦਿਨ ਜੰਮੂ ਕਸ਼ਮੀਰ ਅਤੇ ਹਿਮਾਚਲ ਪ੍ਰਦੇਸ਼ ਦੇ ਪਹਾੜੀ ਇਲਾਕਿਆਂ ਵਿੱਚ ਬਰਫ਼ ਪੈਣ ਅਤੇ ਪੰਜਾਬ ਦੇ ਕਈ ਇਲਾਕਿਆਂ ਵਿੱਚ ਕਿਣਕਿਣ ਹੋਣ ਨਾਲ ਪਾਰਾ ਹੇਠਾ ਆ ਗਿਆ ਹੈ। ਸਮੁੱਚੇ ਪੰਜਾਬ ਵਿੱਚ ਸੀਤ ਲਹਿਰ ਦੇ ਨਾਲ-ਨਾਲ ਸੰਗਣੀ ਧੁੰਦ ਛਾਈ ਹੋਈ ਹੈ ਜਿਸ ਨਾਲ ਸੜਕੀ, ਰੇਲ ਅਤੇ ਹਵਾਈ ਆਵਾਜਾਈ ਪ੍ਰਭਾਵਿਤ ਹੋ ਰਹੀ ਹੈ। ਮੌਸਮ ਵਿਭਾਗ ਦੇ ਮੁਤਾਬਕ ਅਗਲੇ 3 ਦਿਨਾਂ ਤੱਕ ਪੰਜਾਬ ਵਿੱਚ ਸੰਘਣੀ ਧੁੰਦ ਛਾਈ ਰਹਿਣ ਦੀ ਭਵਿੱਖਬਾਣੀ ਕੀਤੀ ਗਈ ਹੈ ਜਦਕਿ ਅੱਜ ਅਤੇ ਭਲਕੇ ਕਈ ਜ਼ਿਲ੍ਹਿਆਂ ਵਿੱਚ ਹਲਕਾ ਮੀਂਹ ਪੈਣ ਦਾ ਵੀ ਅੰਦਾਜ਼ਾ ਲਗਾਇਆ ਗਿਆ ਹੈ ਮੌਸਮ ਵਿਭਾਗ ਦੇ ਮੁਤਾਬਕ ਅੰਮ੍ਰਿਤਸਰ ਵਿੱਚ ਘੱਟੋ ਘੱਟ ਤਾਪਮਾਨ 6.5 ਡਿਗਰੀ ਪਟਿਆਲਾ ਵਿੱਚ 7 ਅਤੇ ਚੰਡੀਗੜ੍ਹ ਵਿੱਚ 7 ਡਿਗਰੀ ਸੈਲਸੀਅਸ ਤਾਪਮਾਨ ਦਰਜ ਕੀਤਾ ਗਿਆ ਬੀਐਸਐਫ ਨੇ ਭਾਰਤ-ਪਾਕ ਕੋਮਾਂਤਰੀ ਸਰਹੱਦ ਤੇ ਖੇਮ ਕਰਨ ਸੈਕਟਰ ਵਿੱਚੋਂ ਤਕਰੀਬਨ 33 ਕਿਲੋਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ ਹੈ ਬੀਐਸਐਫ ਦੇ ਅਧਿਕਾਰੀਆਂ ਵੱਲੋਂ ਦਿੱਤੀ ਗਈ ਜਾਣਕਾਰੀ ਮੁਤਾਬਕ ਖੇਮ ਕਰਨ ਸੈਕਟਰ ਦੀ ਮੀਆਵਾਲ ਉਤਾੜ ਸਰਹੱਦੀ ਚੌਕੀ ਨੇੜੇੋਂ ਇਸ ਵੱਡੀ ਖੇਪ ਨੂੰ ਬਰਾਮਦ ਕਰਨ ਵਿੱਚ ਸਫਲਤਾ ਮਿਲੀ ਹੈ ਸੰਗਠਿਤ ਧੁੰਦ ਦਾ ਸਹਾਰਾ ਲੈ ਕੇ ਨਸ਼ਾ ਤਸਕਰਾਂ ਵੱਲੋਂ ਪਾਕਿਸਤਾਨ ਦੀ ਤਰਫੋਂ ਅਕਸਰ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੀਆਂ ਕੋਸ਼ਿਸ਼ਾਂ ਕੀਤੀਆਂ ਜਾਂਦੀਆਂ ਨੇ ਅਤੇ ਬੀਐਸਐਫ ਦੇ ਮੁਸਤੈਦ ਜਵਾਨ ਦੁਸ਼ਮਣ ਦੀਆਂ ਨਾਪਾਕ ਕੋਸ਼ਿਸ਼ਾਂ ਨੂੰ ناکਾਮ ਕਰਦੇ ਰਹਿੰਦੇ ਨੇ ਦੇਸ਼ ਦੇ ਉਤਰੀ ਖੇਤਰ ਵਿੱਚ ਸੰਗਣੀ ਤੋਂ ਦਕਰਨ ਕੋਮਾਂਤਰੀ ਸਰਹੱਦ ਤੇ ਬੀਐਸਐਫ ਵੱਲੋਂ ਵੀ ਚੌਕਸੀ ਵਧਾਈ ਗਈ ਹੈ ਇਸੇ ਦੌਰਾਨ ਬੀਤੀ ਰਾਤ ਸਰਹੱਦੀ ਚੌਕੀ ਰਾਜਾ ਤਾਲ ਨੇੜੇ ਭਾਰਤੀ ਖੇਤਰ ਵਿੱਚ ਇੱਕ ਪਾਕਿਸਤਾਨੀ ਡਰੋਨ ਨੂੰ ਦੇਖਿਆ ਗਿਆ ਅਤੇ ਬੀਐਸਐਫ ਦੇ ਜਵਾਨਾਂ ਵੱਲੋਂ ਕੀਤੀ ਗਈ ਫਾਇਰਿੰਗ ਤੋਂ ਬਾਅਦ ਇਹ ਡਰੋਨ ਵਾਪਸ ਪਾਕਿਸਤਾਨੀ ਖੇਤਰ ਵੱਲ ਚਲਾ ਗਿਆ ਬੀਐਸਐਫ ਵੱਲੋਂ ਡਰੋਨ ਵਾਲੇ ਇਲਾਕੇ ਵਿੱਚ ਭਾਲ ਦੀ ਕਾਰਵਾਈ ਵੀ ਕੀਤੀ ਗਈ ਹੈ ਰੱਖਿਆ ਖੇਤਰ ਵਿੱਚ ਭਾਰਤ ਨੂੰ ਆਤਮ ਨਿਰਭਰ ਬਣਾਉਣ ਦੀ ਦਿਸ਼ਾ ਨਾਲ ਇੱਕ ਹੋਰ ਪੈੜ ਕਦਮੀ ਕਰਦਿਆਂ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕੱਲ ਲਖਨਊ ਵਿੱਚ ਡੀਆਰਡੀਓ ਦੇ ਰੱਖਿਆ ਤਕਨੀਕ ਸੈਂਟਰ ਅਤੇ ਬ੍ਰਮੋਸ ਮਿਜ਼ਾਈਲ ਨਿਰਮਾਣ ਕੇਂਦਰ ਦਾ ਨੀਂਹ ਪੱਥਰ ਰੱਖਿਆ ਇਸ ਮੌਕੇ ਸਮਾਗਮ ਨੂੰ ਸੰਬੋਧਨ ਕਰਦਿਆਂ ਰਾਜਨਾਥ ਸਿੰਘ ਨੇ ਕਿਹਾ ਕਿ ਭਾਰਤ ਕਿਸੇ ਵੀ ਮੂਲਕ ਤੇ ਪਹਿਲਾ ਹਮਲਾ ਕਰਨ ਦੀ ਨੀਤੀ ਨਹੀਂ ਰੱਖਦਾ ਪਰ ਆਪਣੇ ਲੋਕਾਂ ਦੀ ਰਾਖੀ ਲਈ ਹਰ ਤਰ੍ਹਾਂ ਨਾਲ ਤਿਆਰ ਬਰ ਤਿਆਰ ਹੈ ਪ੍ਰਮੋਤ ਮਿਜ਼ਾਈਲ ਪ੍ਰਣਾਲੀ ਦਾ ਜ਼ਿਕਰ ਕਰਦਿਆਂ ਰੱਖਿਆ ਮੰਤਰੀ ਨੇ ਕਿਹਾ ਕਿ ਇਹ ਵਿਸ਼ਵ ਦੀ ਸਭ ਤੋਂ ਬਿਹਤਰੀਨ ਅਤੇ ਤੇਜ਼ੀ ਨਾਲ ਵਿਕਸਿਤ ਗਾਈਡਡ ਮਿਜ਼ਾਈਲ ਪ੍ਰਣਾਲੀ ਹੈ ਜਿਸ ਨੇ 21ਵੀਂ ਸਦੀ ਵਿੱਚ ਭਾਰਤ ਦੇ ਰੱਖਿਆ ਖੇਤਰ ਨੂੰ ਮਜ਼ਬੂਤ ਕੀਤਾ ਹੈ ਦੱਖਣ ਅਫਰੀਕਾ ਦੇ ਸੈਂਚੂਰੀਅਨ ਵਿੱਚ ਤਿੰਨ ਟੈਸਟ ਮੈਚਾਂ ਦੀ ਲੜੀ ਦੇ ਪਹਿਲੇ ਮੈਚ ਦੇ ਕੱਲ ਪਹਿਲੇ ਦਿਨ ਦੀ ਖੇਡ ਖਤਮ ਹੋਣ ਤੱਕ ਭਾਰਤ ਨੇ ਤਿੰਨ ਖਿਡਾਰੀਆਂ ਦੇ ਨੁਕਸਾਨ ਤੇ 272 ਦੌੜਾਂ ਬਣਾਈਆਂ ਭਾਰਤੀ ਟੀਮ ਨੇ ਟਾਸ ਜਿੱਤ ਕੇ ਪਹਿਲਾ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਸਲਾਮੀ ਬੱਲੇਬਾਜ਼ ਕੇਐਲ ਰਾਹੁਲ ਨੇ ਨਾਬਾਦ 122 ਦੌੜਾਂ ਦਾ ਯੋਗਦਾਨ ਦਿੱਤਾ ਜਦਕਿ ਮੈਂਗ ਅਗਰਵਾਲ 60 ਦੌੜਾਂ ਬਣਾ ਕੇ ਆਊਟ ਹੋਇਆ ਦੱਖਣ ਅਫਰੀਕਾ ਵੱਲੋਂ ਨਗੀਡੀ ਨੇ ਤਿੰਨ ਭਾਰਤੀ ਬੱਲੇਬਾਜ਼ਾਂ ਨੂੰ ਆਊਟ ਕੀਤਾ ਭਾਰਤੀ ਟੀਮ ਅੱਜ ਮੈਚ ਦੇ ਦੂਜੇ ਦਿਨ 272 ਦੌੜਾਂ ਤੋਂ ਅੱਗੇ ਖੇਡਣਾ ਸ਼ੁਰੂ ਕਰ ਖਬਰਾਂ ਦੇ ਬੁਲੇਟਿਨ ਸਾਡੇ ਦਰਸ਼ਕ RNU DDK ਜਲੰਧਰ ਦੇ YouTube ਚੈਨਲ Facebook ਪੇਜ ਅਤੇ Twitter ਹੈਂਡਲ ਤੇ ਵੀ ਦੇਖ ਸਕਦੇ ਨੇ ਇਸ ਦੇ ਨਾਲ ਹੀ ਖਬਰਾਂ ਦਾ ਇਹ ਬੁਲੇਟ ਖਤਮ ਹੋਇਆ ਮੈਂ ਮਾਸਕ ਲਗਾ ਕੇ ਸਟੂਡੀਓ ਤੋਂ ਬਾਹਰ ਜਾ ਰਿਹਾ ਹਾਂ ਤੁਸੀਂ ਵੀ ਬਾਹਰ ਜਾਣ ਲੱਗੇ ਮਾਸਕ ਜਰੂਰ ਲਗਾਓ ਇਜਾਜ਼ਤ ਦਿਓ ਨਮਸਕਾਰ